ਹੈਲੋ ਜੀ, ਸੁਬਾਹ ਬਖੈਰ। ਟਾਈਮ ਤਕਰੀਬਨ 7 ਵਜੇ ਦਾ, ਸਕੂਲ ਡਿਊਟੀ ਦਾ ਟਾਈਮ। ਆਦੀ ਨੂੰ ਸਕੂਲ ਛੋੜਨਾ ਸੀ, ਬਲਕਿ ਇਹਦੀ ਵੈਨ ਆ ਹੀ ਗਈ ਜੀ। ਉਹ ਵੈਨ ਆ ਗਈ, ਵੈਨ ਜਨਾਬ ਲੈ ਗਈ ਹੈ। ਇਹ ਬੜੀ ਸਖਤ ਡਿਊਟੀ ਆ ਜਨਾਬ। ਅੱਜ ਦਾ ਮੇਨ ਸ਼ਡਿਊਲ ਜਿਹੜਾ ਆ ਉਹ ਚੌਧਰੀ ਵਿਕਾਸ ਸਾਹਿਬ ਜਨਾਬ ਸਾਡੇ ਬੇਲੀ ਜਿਹੜੇ ਨੇ ਬੂਰੇ ਵਾਲੇ ਇਲੈਕਟ੍ਰੋਨਿਕਸ ਵਾਲੇ, ਸ਼ਾਮੀ 7 ਤੋਂ 8 ਵਜੇ ਰਾਤ ਨੂੰ ਅੱਜ ਉਹਨਾਂ ਦੀ ਆਪਣਾ ਜਿਹੜੀ ਹੈ ਲੇਟ ਸ਼ਾਮੀ ਕਹਿ ਲਓ, ਉਸ ਲਈ ਉਹਨਾਂ ਦੀ ਹੈ ਦਾਵਤ ਜਨਾਬ, ਪਾਰਟੀ ਹੈ। ਅੱਜ ਦਾ ਮੇਨ ਸ਼ਡਿਊਲ ਉਹਨਾਂ ਦੀ ਪਾਰਟੀ ਆ, ਜਿਹੜੀ ਕਿ 7 ਵਜੇ ਅਸੀਂ ਬੂਰੇ ਵਾਲੇ ਜਾਣਾ ਆ। ਉਹਨਾਂ ਦੇ ਕੰਟਰੋਲ ਸੈੱਟ ਦੇ ਉੱਤੇ ਜਨਾਬ ਅੱਜ ਪਾਰਟੀ ਹੈ, ਕਿਉਂਕਿ ਉਹਨਾਂ ਦੀਆਂ ਮੁਰਗੀਆਂ ਦਾ ਫਾਰਮ ਤਿਆਰ ਹੋ ਗਿਆ, ਅਤੇ ਉਹ ਮੁਰਗੀ ਜਦੋਂ ਕੱਢਣੀ ਹੋਵੇ ਉਸ ਤੋਂ ਪਹਿਲੇ ਫਿਰ ਪਾਰਟੀ ਦਿੱਤੀ ਜਾਂਦੀ ਹੈ। ਜਿਹਦੇ ਵਿੱਚ ਜਨਾਬ ਟਿੱਕੇ ਕਬਾਬ ਅਤੇ ਰਾਈਸ ਵਗੈਰਾ ਦੀ ਪਾਰਟੀ ਦਿੱਤੀ ਗਈ ਸਪੈਸ਼ਲ ਸ਼ਾਮ ਦੇ ਟਾਈਮ। ਲਾਈਵ ਜਨਾਬ ਉਹ ਥਾਂ ਟਿੱਕੇ ਲਵਾਏ ਜਾਣਗੇ, ਅਤੇ ਸਪੈਸ਼ਲ ਬੰਦਾ ਬੁਲਾ ਲਈਦਾ ਉੱਥੇ ਫਾਰਮ 'ਤੇ ਬਣਾਉਣਾ ਉਹਨਾਂ ਨੇ, ਅਤੇ ਫੁੱਲ ਮੌਲ ਅਤੇ ਮਿੱਠੇ ਚੌਲ ਦਾ ਤਾਂ ਪਤਾ ਨਹੀਂ, ਪਰ ਲੂਣੇ ਚੌਲ ਭਾਵੇਂ ਨਾਲ ਹੋਣ, ਅਤੇ ਸ਼ਾਮ ਨੂੰ ਤੁਹਾਨੂੰ ਉਹਦੇ 'ਤੇ ਵੀ ਲੈ ਕੇ ਜਾਣਾ ਮੈਂ। ਅਤੇ ਹੁਣ ਮੈਂ ਸੋਚਿਆ ਵੀ ਦਾੜੀ ਅਤੇ ਵਾਲ ਅਤੇ ਮੁੱਛਾਂ ਬਹੁਤ ਵੱਡੀਆਂ ਹੋਈਆਂ, ਇਹਨਾਂ ਦਾ ਕੋਈ ਨਿਜ਼ਾਮ ਚਲਾਈਏ। ਕਿੱਦਾਂ ਕਰਕੇ ਦਿਖਾਵਾਂ, ਲਓ ਜੀ, ਕਟਿੰਗ ਸ਼ਟਿੰਗ ਤਾਂ ਲਈ ਕਰਾ, ਮੁੱਛਾਂ ਬਹੁਤ ਵੱਡੀਆਂ ਸੀ, ਛੋਟੀਆਂ ਕਰਾਤੀਆਂ, ਆਹ ਥੋੜ੍ਹੀਆਂ ਜਿਹੀਆਂ ਕੁਝ ਜਿਹੜੀਆਂ ਤਾਂ ਨਜ਼ਰ ਆਉਂਦੀਆਂ, ਇਹ ਵੀ ਠੀਕ ਹੋ ਜਾਣਗੀਆਂ, ਦਾਵਤ ਤੋਂ ਵਾਪਸ ਆ ਕੇ ਵੀ ਕੱਟ ਦਾਂਗੇ। ਕੈਮਰਾ ਇੱਧਰ ਹੁੰਦਾ, ਬੰਦਾ ਵੇਖਦਾ ਇੱਧਰ ਰਹਿੰਦਾ। ਕਿ ਵੀਰ ਜੀ, ਇਹ ਆਪਣੇ ਨਾ ਇੱਥੇ ਬਹੁਤ ਜ਼ਿਆਦਾ ਬਾਰਿਸ਼ ਹੋਈ ਆ, ਕੱਲ੍ਹ ਚੰਗੀ ਭਲੀ ਹੋ ਗਈ ਆ, ਜਿਹਨੂੰ ਚੰਗੀ ਕਹਿੰਦੇ ਆ। ਇੰਨੀ ਹੋ ਗਈ ਆ ਵੀ ਮੇਰੇ ਤਾਂ ਕੋਠੇ 'ਚ ਆਉਣ ਲੱਗ ਪਿਆ, ਇੱਕ ਉਹਦੇ ਥੱਲੇ ਮੈਂ ਕੜਾਹੀ ਰੱਖ ਕੇ ਬੈਠਾ ਰਿਹਾ। ਗਰੀਬ ਬੰਦਾ ਇਹ ਕੁਛ ਕਰ ਸਕਦਾ ਕੀ ਕਰੇ, ਉਹਦੇ ਨਾ ਪਲੇਟਾਂ ਦੇ ਉੱਤੋਂ, ਕਿੱਥੇ ਪਈ ਆ, ਉਹਦੇ ਨਾ ਪਲੇਟਾਂ ਦੇ ਉਤਲੀ ਸਾਈਡ ਤੋਂ ਪਾਣੀ ਚੋਂਦਾ ਸੀ ਡਾਇਰੈਕਟ ਥੱਲੇ, ਅਤੇ ਪਲੇਟਾਂ ਤੋਂ ਇੰਨਾ ਪਾਣੀ ਚੋਇਆ ਵੀ ਮੋਰੇ ਹੋ ਗਿਆ ਛੱਤ ਦੇ ਉੱਤੇ। ਇਸ ਤਰ੍ਹਾਂ ਦਾ ਕੋਈ ਸੀਨ ਸੀਗਾ। ਬਾਕੀ ਬਾਈ ਜੀ, ਆ ਮੇਲੇ ਮੂਲੇ ਹੁਣ ਲੱਗਦੇ ਆ, ਲੋਕਾਂ ਕੋਲ ਪੈਸਾ ਕੋਈ ਨਹੀਂ ਹੈਗਾ, ਮੇਲਾ ਐਡਾ ਇੰਜੋਏ ਨਹੀਂ ਹੁੰਦਾ ਹੈਗਾ। ਇਹ ਵੇਖੋ ਹੁਣ ਪੱਖੀਆਂ ਪੁੱਖੀਆਂ ਦੁਕਾਨਾਂ ਸ਼ਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਭੰਗੂੜੇ ਸ਼ੰਗੂੜੇ, ਇਹ ਛੋਟਾ ਜਿਹਾ ਮੇਲਾ ਇੱਥੇ ਲੱਗਦਾ ਆ, ਪਰ ਲੋਕਾਂ ਕੋਲ ਪੈਸਾ ਹੀ ਨਹੀਂ ਹੈਗਾ ਬਾਈ, ਮੇਲਾ ਕਿਹਨੇ ਇੰਜੋਏ ਕਰਨਾ, ਲੋਕਾਂ ਦਾ ਤਾਂ ਪ੍ਰੋਗਰਾਮ ਬੜਿਆ ਪਿਆ। ਲਓ ਜੀ ਮੀਆਂ ਜੀ, ਆਪਾਂ ਨਾ ਫਸਲ ਮਾੜੀ ਜਿਹੀ ਗੇੜੀ ਮਾਰ ਲਈਏ। ਵਜ੍ਹਾ ਇਹ ਆ ਵੀ 2-3 ਹੋ ਗਏ ਨੇ ਬਾਰਿਸ਼ਾਂ ਪੈਂਦੀਆਂ ਨੂੰ, ਅਤੇ ਜਿਹੜੀ ਪਹਿਲੀ ਮਕਈ ਦੇ ਉੱਤੇ ਸਪਰੇ ਕਰਨੀ ਸੀ ਨਾ ਵੀ ਘਾਹ ਨਾ ਉੱਗੇ, ਉਹ ਨਹੀਂ ਕਰ ਸਕੇ ਆਪਾਂ, ਉਦੋਂ ਇਸੇ ਕਾਰਨ ਨਹੀਂ ਸੀ ਕੀਤੀ ਕਿ ਬਾਰਿਸ਼ਾਂ ਪੈਂਦੀਆਂ ਸੀਗੀਆਂ ਵੀ ਘਾਹ ਤਾਂ ਰੁਕਣਾ ਨਹੀਂ ਸੀਗਾ। ਹੁਣ ਵੀ ਇਹ ਦੇਖ ਲਓ, ਤੁਹਾਡੇ ਸਾਹਮਣੇ ਖੇੜਾ ਵੱਤਾ ਰਹਾ, ਇੱਧਰ ਦੀਆਂ ਖੇੜਾਂ 'ਚ ਪਾਣੀ ਖੜਾ ਆ, ਅਤੇ ਖੇੜਾਂ ਸ਼ਾਇਦ ਆਪਣੀਆਂ 'ਚ ਵੀ ਪਾਣੀ ਉੱਧਰ ਖੜਾ ਹੋਵੇ, ਅਤੇ ਮਾੜੀ ਜਿਹੀ ਨਜ਼ਰ ਮਾਰ ਲਈਏ ਤਾਂ ਕਿ ਇਹਦੇ ਪੱਤਰ ਆਉਂਦਿਆਂ ਤੱਕ ਆਪਾਂ ਇੱਕ ਸਪਰੇ ਘਾਹ ਵਾਲੀ ਕਰਕੇ ਨਾ ਘਾਹ ਮੁਕਾਈਏ, ਅਤੇ ਉਹਨੂੰ ਯੂਰੀਆ ਸਟਾਰਟ ਕਰਨੀ ਆ, ਅਤੇ ਹਲੇ ਤਾਂ ਕੋਈ ਖਾਦ ਨਹੀਂ ਆ ਪਾਈ ਸਵਾਏ DAP ਤੋਂ, ਅਤੇ ਕੋਈ ਤਵੱਜੋ ਫਸਲ 'ਤੇ ਦੇ ਨਹੀਂ ਹੋ ਪਾ ਰਹੇ, ਥੋੜ੍ਹਾ ਜਿਹਾ ਐਵੇਂ ਉਲਝੇ ਹਾਂ ਕਿਸੇ ਮਾਮਲੇ ਵਿੱਚ। ਦੁਆ ਕਰਿਓ ਅੱਲਾਹ ਤਾਲਾ ਆਸਾਨੀ ਪੈਦਾ ਕਰੇ ਔਰ ਕੋਈ ਰਾਸਤਾ ਨਿਕਾਲ ਦੇਵੇ, ਅਤੇ ਬਾਕੀ ਇਨਸ਼ਾਅੱਲਾ ਦੇਖਦੇ ਹਾਂ। ਲਓ ਜੀ ਅਲਹਮਦੁਲਿਲਾ, ਇਹ ਜਨਾਬ ਸੂਰਤ ਹਾਲ ਹੈ, ਅਤੇ ਇਹ ਜਨਾਬ ਇਹਦੇ ਉੱਤੇ ਮੁਰਖ ਬਹੁਤ ਹੋ ਗਈ ਇਹਦੇ ਵਿੱਚ, ਅਤੇ ਉਹ ਕਰਾਉਣੀ ਪੈਣੀ ਹੈ ਸਪਰੇ ਇਹਦੀ ਲਹਿਦਾ, ਬਾਕੀ ਗੈਂਗ ਵੀ ਕਰਾ ਦੇਣੀ ਆ ਗਾਸ ਆਦੀ, ਅਤੇ ਉਹ ਸਾਰਾ ਘਾਹ ਮਾਸ ਸੁੱਕ ਜਾਏਗਾ, ਅਤੇ ਫਿਰ ਇਨਸ਼ਾਅੱਲਾ ਤੁਹਾਨੂੰ ਇਹ ਮੱਕੀ ਵਾਜ਼ਿਆ ਨਜ਼ਰ ਆਏਗੀ, ਮਕਈ ਵੀ ਸਾਫ਼ ਸੁਥਰੀ ਆ, ਸੋਹਣੀ ਆ, ਅੱਲਾਹ ਦਾ ਬੜਾ ਕਰਮ ਆ। ਇਹਨੂੰ ਜਿਹੜੇ ਯੂਰੀਆ ਲੱਗੇਗੀ ਇਨਸ਼ਾਅੱਲਾ ਤਾਲਾ ਤੁਹਾਨੂੰ ਬਾਹਰ ਨਿਕਲਦੀ ਨਜ਼ਰ ਆਏਗੀ, ਹਲਕੀ ਹਲਕੀ ਪਿਲਾਹਟ ਜ਼ਰੂਰ ਹੈਗੀ ਆ, ਇਹ ਪਿਲਾਹਟ ਤਾਂ ਹੈ ਵੀ ਇਹਦੇ ਉੱਤੇ ਪਾਣੀ ਦੀ ਸੋਕਾ ਨਹੀਂ ਇਹਨੂੰ ਆਇਆ, ਯਾਨੀ ਪਾਣੀ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਪਿਲਾਹਟ ਆ ਗਈ ਹੈ। ਇਹਨੇ ਰੰਗ ਕਾਲਾ ਕਰ ਦੇਣਾ ਜਿੱਦਣ ਇਹਨੂੰ ਯੂਰੀਆ ਪਈ, ਅਤੇ ਇਹਨੂੰ ਇੱਕ ਵਾਰੀ ਸੋਕਾ ਦਿੱਤਾ, ਇਹਨੂੰ ਹੁਣ ਸੋਕਾ ਦੇਵਾਂਗੇ 2-3 ਦਿਨ ਥੋੜ੍ਹਾ ਜਿਹਾ, ਅਤੇ ਫਿਰ ਇਹ ਬਿਹਤਰੀਨ ਹੋ ਜਾਏਗੀ। ਕਿਉਂ ਲੰਗੜਿਆਲ ਸਾਹਿਬ, ਇੰਝ ਗੱਲ,
ਦੇਖੋ ਜੀ ਇਹ ਬੰਦਾ ਸਾਡੇ ਤੋਂ ਵੀ ਚੰਗਾ ਆ, ਅਸੀਂ ਉਂਝ ਹੀ ਵਧੇ ਹਾਂ। ਇਹ ਬੰਦਾ ਬੋਦਾ ਪਾਉਂਦਾ ਸੈਂਟਰ 'ਚੋਂ ਚੀਰ ਕੱਢ ਕੇ ਅਤੇ ਫਿਰਦਾ, ਨਾ ਇਸ ਬੰਦੇ ਦੀ ਰਾਨ ਨਾ ਕੰਨ, ਅਤੇ ਨਹੀਂ ਇਹਨੂੰ ਕੋਈ ਪਰਵਾਹ ਹੀ ਕੋਈ ਨਹੀਂ। ਇੰਨੀ ਬਾਰਿਸ਼ ਪਈ ਯਾਰ, ਟੂਵੈਲ ਫਿਰ ਚਲਾਇਆ ਡਾਕਟਰ ਸਾਹਿਬ ਨੇ, ਤਾਂ ਜਲ ਯਾਰ, ਤਾਂ ਜਲ ਬੜਾ ਮਸਲਾ ਆਇਆ। ਥੋੜ੍ਹੀ ਦੇਰ ਵਾਸਤੇ ਜਾਣਾ ਭਾਈ ਸ਼ਮਾ ਸਾਹਿਬ ਅਤੇ ਲੰਗੜਿਆਲ ਸਾਹਿਬ ਨੂੰ ਸੱਦਿਆ, ਉਹਦੇ ਵੱਲ ਚੱਲਦੇ ਹਾਂ। ਲਓ ਜੀ ਲਾਲੇ ਦੀ ਪਹੁੰਚ ਗਏ ਅਸੀਂ ਫਾਰਮ 'ਤੇ। ਚੌਰੀ ਕੀ ਹਾਲ ਆ? ਚੌਰੀ ਤੂੰ ਮਸਤ ਮਸਤ ਕੇ ਬੋਲਦਾ ਜਿਸ ਵੇਲੇ ਮੈਂ ਫਸਿਆ ਹਾਂ। ਆਹ ਗੈਂਗ ਵੀ ਆ ਜੀ। ਚੌਰੀ ਮੇਰਾ ਬਿੱਲ ਤਾਂ ਦਿਖਾ ਯਾਰ, ਕੀ ਹੈ? ਹਾਂ ਖੁੱਲੀ ਦੇਖੀ ਪਈ ਉੱਪਰ ਉੱਪਰ ਚੌਧਰੀ ਨੇ ਸੋਗੋ ਦੀ ਲਾਈਟ ਲਈ ਹੈ ਜੀ, ਬਲਾਂ ਲਾਈਟ ਆ, ਕਹਿੰਦਾ ਸਰਚ ਲਾਈਟ ਆ, ਗਾਈਆਂ ਨੂੰ ਮਾਰੀ ਦੀ ਆ, ਟੂਬ ਵੀ ਆ ਇਹਦੇ ਵਿੱਚ ਦੀ, ਤੇ ਬਹੁਤ ਅੱਛੀ ਕੋਈ ਲਾਈਟ ਆ ਜੀ ਇਹ, ਤੇ ਬੜੀ ਟਾਇਟ ਲਾਈਟ। ਸਪਰੇ ਨਾਲ ਟਾਂਗਲਾ, ਟਾਂਗਲਾ ਟਾਂਗਲਾ, ਫਿਰ ਐਨੂੰ ਨਾ ਆਉਣਾ ਪਊਗਾ ਉੱਥੋਂ ਆਪਾਂ ਘਰੇ ਨਿਕਲ। ਇਹ ਚੀਜ਼ ਤਾਂ ਹੈ ਇਹ, ਤੁਸੀਂ ਡਾਇਰੈਕਟ ਸੀਨ ਦੇਖ ਰਹੇ ਹੋ ਜਨਾਬ, ਗਾਓਂ ਦਾ, ਖੇਤਾਂ ਦਾ। ਉਹਦੀ ਵਜ੍ਹਾ ਇਹ ਆ ਵੀ ਜਿਹੜੇ ਛੋਟੇ ਛੋਟੇ ਸੀਨ ਤੁਸੀਂ ਸ਼ਹਿਰ ਦੇ ਦੇਖੇ ਨੇ ਉੱਥੇ ਮੈਂ ਬਹੁਤ ਜ਼ਿਆਦਾ ਬੋਲਿਆ ਨਹੀਂ, ਅਤੇ ਛੋਟ ਜਿਹਾ ਮੈਂ ਕਿਹਾ ਵੀਡੀਓ ਸ਼ਾਰਟ ਹੀ ਕਰਾਂ, ਲੰਮੀ ਨਾ ਕਰਾਂ, ਬਹੁਤ ਹੀ ਸ਼ਾਮ ਦੀ ਦਾਵਤ ਤੁਹਾਨੂੰ ਸ਼ੋਅ ਕਰਵਾਵਾਂਗੇ। ਵਲੌਗ ਮੈਂ ਲੰਮਾ ਨਹੀਂ ਕਰਨਾ ਚਾਹੁੰਦਾ ਸੀ ਇੱਥੇ। ਸੀਨ ਇਹ ਸੀਗਾ ਵੀ ਅਸੀਂ ਸ਼ਹਿਰ ਦੇ ਵਿੱਚ ਮਕਾਨ ਦੇ ਚੱਕਰ 'ਚ ਫਿਰਦੇ ਤੁਰਦੇ ਸੀਗੇ, ਅੱਲਾ ਦੇ ਤਾਂ ਮੇਰੇ ਨਾਲ ਸੀ ਅਤੇ ਬਾਬਰ ਖਾਨ ਨਾਲ ਸੀ, ਅਤੇ ਪਹਿਲੇ ਸ਼ਮਸ ਕੋਲੋਂ ਦਵਾਈ ਲੈਣੀ ਸੀ ਸਪਰੇਅ ਦੀ, ਉਹ ਸੀਨ ਸੀਗਾ। ਬਾਕੀ ਹੁਣ ਮੈਂ ਵੀਡੀਓ ਇੱਥੇ ਕਲੋਜ਼ ਕਰਦਾ, ਮੈਂ ਜਾ ਕੇ ਇਨਸ਼ਾਅੱਲਾ ਤਾਲਾ ਜਮ੍ਹਾਂ ਪੜ੍ਹ ਕੇ ਫਿਰ ਨਿਕਲਣਾ ਅਸੀਂ ਬੂਰੇ ਵਾਲੇ, ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਉੱਥੇ ਸਾਰਾ ਸ਼ਡਿਊਲ ਤੁਹਾਨੂੰ ਦਿਖਾਇਆ ਜਾਏਗਾ ਅੱਜ ਦਾ ਦਾਵਤ ਜਿਹੜੀ ਹੈ। ਤਾਂ ਜੀ ਅੱਜ ਫਰਾਈਡੇ ਸੀਗਾ ਜਿੱਦਾਂ ਕਿ ਪਹਿਲੇ ਤੁਹਾਨੂੰ ਪਤਾ ਹੀ ਹੈ, ਤਾਂ ਜੁਮਾ ਲਿਆ ਪਹਾੜ, ਬੱਦਲ ਬਹੁਤ ਜ਼ਿਆਦਾ ਆ ਗਏ ਆ, ਬੱਦਲ ਦਿਖਾਓ ਜੀ। ਬਹੁਤ ਛੋਟਾ ਜਿਹਾ ਕੈਮਰਾਮੈਨ ਆ ਅੱਜ, ਅਤੇ ਕੈਮਰਾ ਬਾਅਦ ਬਹੁਤ ਨਿੱਕਾ ਆ, ਜ਼ਰੂਰਤ ਤੋਂ ਇੰਨਾ ਕਾ। ਅਤੇ ਹੁਣ 4:30 ਜਨਾਬ ਅਸੀਂ ਇਨਸ਼ਾਅੱਲਾ ਤਾਲਾ ਇੱਥੋਂ ਨਿਕਲ ਰਹੇ ਹਾਂ ਬਾਈ ਵਕਾਸ ਸਾਹਿਬ ਵੱਲ, ਉਹਨਾਂ ਦੇ ਆਪਣਾ ਕੰਟਰੋਲ ਸ਼ੈੱਡ ਦੇ ਉੱਤੇ ਜਨਾਬ, ਜਿੱਦਾਂ ਕਿ ਸਵੇਰੇ ਤੁਹਾਨੂੰ ਦੋਸਤਾਂ ਨੂੰ ਦੱਸਿਆ ਕਿ ਦਾਵਤ ਰੱਖੀ ਗਈ ਹੈ, ਅਤੇ ਮੈਂ ਅਲੱਗ ਨਿਕਲ ਰਿਹਾ ਸੀ, ਬਾਈ ਸ਼ਮਸ ਅਲੱਗ ਅਲੱਗ ਨਿਕਲ ਰਿਹਾ ਸਾਂ, ਲੇਕਿਨ ਹੁਣ ਪਲੈਨ ਆ ਕਿ ਵੈਦਰ ਕੰਡੀਸ਼ਨ ਜਿਹੜੀ ਕੁਛ ਇਸ ਤਰ੍ਹਾਂ, ਬਾਅਦ ਦੇ ਵਿੱਚ ਸਾਡੇ ਰਸਤੇ ਕੱਚੇ ਨੇ ਅਤੇ ਗੱਡੀ ਜਿਹੜੀ ਉਹ ਨਿਕਲਣੀ ਨਹੀਂ, ਨਾ ਉਹਨਾਂ ਦੀ ਨਿਕਲਣੀ ਨਾ ਸਾਡੀ ਨਿਕਲਣੀ ਹੈ। ਸੋ ਅਸੀਂ ਗੱਡੀਆਂ ਜਿਹੜੀਆਂ ਉਹ ਟਾਈਮ ਨਾਲ ਹੀ ਆਪਣਾ ਕੱਢਦੇ ਹਾਂ, 4:30 ਇੱਥੋਂ ਨਿਕਲਦੇ ਹਾਂ, 8:00 ਇਨਸ਼ਾਅੱਲਾ ਖਾਣੇ ਦਾ ਉੱਥੇ ਸ਼ਡਿਊਲ ਹੈ, ਅਤੇ ਪਾਰਟੀ ਸ਼ਾਰਟੀ ਹੋਏਗੀ, ਪ੍ਰਾਈਵੇਟ ਪਾਰਟੀ, ਅਤੇ ਉਸ ਤੋਂ ਬਾਅਦ 9:30-9 ਵਜੇ ਤੱਕ ਵਾਪਸ ਇਨਸ਼ਾਅੱਲਾ। ਦੇਖਦੇ ਹਾਂ ਅੱਜ ਦਾ ਦਿਨ ਆਪਣਾ ਅਗਲਾ ਕੈਸਾ ਰਹਿੰਦਾ। ਮੈਂ ਜਨਾਬ ਇੱਧਰੋਂ ਘਰੋਂ ਨਿਕਲਿਆ ਹਾਂ, ਅਤੇ ਪਹਿਲਾਂ ਬਾਰਿਸ਼ ਦਾ ਕਤਰਾ ਮੇਰੇ ਸੂਟ 'ਤੇ ਆ ਗਿਆ। ਹੁਣ ਮੈਂ ਕਹਿੰਦਾ ਵੀ ਕਿਸ ਤਰੀਕੇ ਅੱਡੇ 'ਤੇ ਪਹੁੰਚ ਜਾਵਾਂ। ਚਲੋ ਉੱਥੇ ਪਹਿਲੇ ਮੈਂ ਆਪਣੀ ਮੋਟਰ 'ਤੇ ਨਿਕਲਦਾ ਪਿਆ ਸੀ, ਅਤੇ ਭਾਈ ਦਾ ਫੋਨ ਆ ਗਿਆ ਕਿ ਨਹੀਂ ਯਾਰ ਮੈਂ ਗੱਡੀ ਲੈ ਜਾਓ ਨਾ, ਅਤੇ ਤੂੰ ਆ ਜਾ। ਮੇਰਾ ਇਰਾਦਾ ਸੀ ਮੈਂ ਆਪਣੀ ਮੋਟਰ 'ਤੇ ਨਿਕਲ ਜਾਵਾਂ, ਅਤੇ ਮੀਂਹ ਹੋਣੀ ਬਾਅਦ 'ਚ ਆ ਜਾਣਗੇ। ਮੈਂ ਜਾ ਕੇ ਸ਼ੈੱਡ 'ਤੇ ਵਲੌਗ ਬਣਾਉਣਾ ਸੀ, ਪਰ ਹੁਣ ਮੌਸਮ ਖਰਾਬ ਆ,
ਰਿਹਾ ਕਹਿੰਦਾ ਮੈਂ ਵੀ ਆ ਰਿਹਾ। ਕੁਝ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨ ਹੈ। ਕਿੱਧਰ ਨੂੰ ਇੱਧਰ ਤੇ ਬਾਰਿਸ਼ ਚੰਗੀ ਪੈਣ ਦੀ, ਦੇਖੋ ਭਿੱਜ ਕੇ ਆਏ ਅਸੀਂ ਤੇ। ਤੁਸੀਂ ਯਾਰ ਕਿੱਥੇ ਤੱਕ ਸੀ? ਰਹਿਣਾ ਸਕੂਲ ਤੋਂ ਅੱਗੇ ਲੰਘੇ ਆਈ ਆ। ਮੈਂ ਪਿੱਛੇ ਨੂੰ ਦੌੜਾਂ ਕੇ ਕਾਹ ਨੂੰ ਜਾਵਾਂ? ਫੇਰ ਨਾਲ ਪਿੱਛੇ ਨੂੰ ਆਈਓ ਯਾਰ। ਮੈਂ ਬੜਾ ਸੋਹਣਾ ਚਿੱਟਾ ਸੂਟ ਪਾ ਕੇ ਤੇ ਐ ਨਿਕਲਿਆ, ਬਾਬੂ ਸ਼ਾਬੂ ਬਣ ਕੇ ਜਾ ਰਿਹਾ। ਅੱਗੋਂ ਬਾਰਿਸ਼ ਪੈ ਰਹੀ ਹੈ। ਉਹ ਦੁਕਾਨ ਤੇ ਰੁਕਦਾ, ਇੱਥੇ ਨਾ ਆ ਜਾਵੇ, ਮੈਨੂੰ ਜਾਣ ਦਿਓ। ਹੈ ਚੰਗਾ, ਸਲਾਮ ਅਲੈਕਮ। ਫੇਰ ਠੀਕ ਹੈ ਜੀ। ਲਓ ਜੀ, ਰਸਤੇ ਦੇ ਵਿੱਚ ਜਨਾਬ ਇੱਥੇ ਸਾਡਾ ਮੇਲਾ ਲੱਗਾ ਹੋਇਆ, ਇੱਥੇ ਚੌਂਕ ਜਿੱਥੇ ਉੱਥੇ ਖਲੋਤੇ ਹਾਂ, ਅਤੇ ਬਾਰਿਸ਼ ਨੇ ਜਨਾਬ ਇੱਥੇ ਹਲਕੀ ਫੁਲਕੀ ਸ਼ੁਰੂ ਹੋਈ ਹੈ। ਅਤੇ ਹੁਣ ਮੇਰਾ ਇਰਾਦਾ ਵੀ ਇੱਥੋਂ ਟਾਈਮ ਨਾਲ ਜਿਹੜਾ ਜਿਵੇਂ ਬਾਰਿਸ਼ ਰੁਕਦੀ ਹੈ ਨਿਕਲਾਂ। ਆਹ ਦੁਕਾਨ ਦੇ ਉੱਤੇ ਜਨਾਬ ਟੱਪਰੇ ਬਿਹਤਰੀਨ ਦੇ ਥੱਲੇ ਜਨਾਬ ਸਾਰਾ ਲਿਆ ਗਿਆ। ਅਤੇ ਚੋਰ ਸਾਹਿਬ ਇੱਥੇ ਰੁਕ ਗਿਆ ਜਨਾਬ, ਨਿਕਲਣਾ ਤਾਂ ਮੈਂ ਆਉਂਦਾ ਜੀ। ਅਤੇ ਹਵਾ ਜਿਹੜੀ ਆ ਉਹ ਤੇਜ਼ ਹੋ ਰਹੀ ਹੈ, ਮੈਨੂੰ ਖਤਰਾ ਆ ਵੀ ਕਿਤੇ ਕੰਮ ਨਾ ਪੈ ਜਾਵੇ ਬਾਰਿਸ਼ ਵਾਲਾ। ਬਾਰਿਸ਼ ਤੋਂ ਪਹਿਲੇ ਮੈਂ ਅੱਡੇ 'ਤੇ ਪਹੁੰਚ ਜਾ। ਲਓ ਜੀ, ਪੈਂਦੀ ਬਾਰਿਸ਼, ਅੱਡੇ 'ਤੇ ਪਹੁੰਚ ਗਏ ਔਖਾ ਸੌਖਾ ਮੈਂ ਪੱਪੂ ਸੁਪਰਮੈਨ ਕੋਲ। ਹਲਕੀ ਹਲਕੀ ਬੂੰਦਾਂ ਬਣਦੀ ਆ, ਬਹੁਤ ਤੇਜ਼ ਹੁੰਦੀ ਤਾਂ ਜ਼ਿਆਦਾ ਭੇਜ ਜਾਣਾ ਸੀ। ਬਹਰਹਾਲ ਫਿਰ ਵੀ ਇੰਨੇ ਕੁ ਤਾਂ ਭੇਜ ਹੀ ਗਏ ਹਾਂ ਵੀ ਕੱਪੜੇ ਨਾਲ ਚਿੰਬੜ ਗਏ। ਬਾਕੀ ਆ ਚੌਰੀ ਦੀ ਗੱਡੀ ਵੀ ਪਹੁੰਚ ਗਈ ਮੈਨੂੰ ਲੱਗਦਾ, ਮੈਨੂੰ ਫੋਨ ਕਰਨ ਦਿਆ। ਮੋਟਰਸਾਈਕਲ ਆਪਣੀ ਆਹ ਖੜੀ ਹੈ, ਸੁਪਰਮੈਨ ਨੂੰ ਦਿੰਦੇ ਹਾਂ। ਆਹ ਸੁਪਰਮੈਨ ਪੱਪੂ, ਸ਼ਾਪਰ ਕਿੱਥੇ ਨੇ? ਨਹੀਂ, ਇਹ ਬੰਦਾ ਆ ਗਿਆ ਯਾਰ, ਬੰਦਾ ਗੱਡੀ ਆ ਗਈ ਮੇਰੀ। ਹਾਂ ਮੁੰਡਾ, ਹਾਂ ਇਹ ਅੱਲਾ ਦਿੱਤਾ, ਚੱਕੇਗਾ ਲੰਗੜਿਆਲ। ਲੈ ਆ, ਲੈ ਆ, ਲੈ ਆ, ਉੱਥੋਂ ਹੀ ਚੱਕੇਗਾ ਇਹਦੇ ਕੋਲ। ਅੱਲਾ ਦਿੱਤੇ ਵਾਸਤੇ ਜਨਾਬ ਆ ਡਿਸਕਾਂ ਦਾ ਖੁੰਡਾ ਮੰਗਾਇਆ, ਬਹੁਤ ਹੈਵੀ ਡਿਊਟੀ ਭਾਈ। ਪਿਛਲੀਆਂ ਸੀਟਾਂ 'ਤੇ ਸਿੱਧਾ ਹੀ ਆ, ਚਿੱਟੇ ਛਾਪਰ ਅਗਲੀ ਸੀਟ 'ਤੇ, ਮਿਹਰਬਾਨੀ। ਲਓ ਜਨਾਬ, ਸ਼ਾਰਟਕਟ ਮਾਰਨਾ ਸੀ ਗੱਡੀ ਨੂੰ ਪਹੁੰਚਣਾ ਸੀ। ਲਓ ਜੀ, ਮੀਆਂ ਸਾਹਿਬ ਬਾਬਰ ਭਾਈ ਨੂੰ ਇੱਥੋਂ ਚੱਕਣਾ ਸੀਗਾ, ਅਸੀਂ ਪਹੁੰਚੇ ਹਾਂ ਅਤੇ ਭਾਈ ਹੁਣੀ ਜਨਾਬ ਭੁੱਲ ਕੇ ਪਏ ਨੇ ਵੀ ਆਹੋ ਯਾਰ, ਮੈਨੂੰ ਤਾਂ ਚੇਤਾ ਹੀ ਨਹੀਂ ਵੀ ਜਾਣਾ ਹੈ। ਅਤੇ ਹੁਣ ਜਨਾਬ ਨੂੰ ਕਿਹਾ ਵੀ ਤੇਰੇ ਕੋਲ 7 ਮਿੰਟ ਆ, 7 ਮਿੰਟ ਬਾਅਦ ਇਸ ਬੰਦੇ ਨੇ ਬਾਹਰ ਨਾ ਆਇਆ ਕੱਪੜੇ ਬਦਲ ਕੇ, ਅਤੇ ਮੈਂ ਇਹ ਦਰਵਾਜ਼ੇ ਦੇ ਵਿੱਚ ਠੋਡੇ ਮਾਰਨੇ ਸ਼ੁਰੂ ਕਰ ਦੇਣੇ ਆ, ਅਤੇ ਅੰਦਰ ਜਿਹੜੀ ਇਹਦੀ ਗੱਡੀ ਆ ਉਹ 'ਤੇ ਚਾਬੀ ਨਾਲ ਖਰਾਸ਼ਾਂ ਪਾ ਦੇਣੀਆਂ। ਅਤੇ 5 ਵਜੇ ਜਨਾਬ ਵਿਕਾਸ ਸਾਹਿਬ ਨੇ ਵਾਅਦਾ ਕੀਤਾ ਸੀ ਪਹੁੰਚਣ ਦਾ ਕਿ 5 ਵਜੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ, ਪਰ ਲੇਕਿਨ 5 ਵਜੇ ਇੱਥੇ ਵੱਜ ਚੁੱਕੇ ਨੇ। ਠੀਕ ਹੈ, ਭਾਈ ਨੂੰ ਦਿੱਤੇ ਨੇ 7 ਮਿੰਟ ਸਿਰਫ। 1 ਮਿੰਟ ਖਾਨ ਸਾਹਿਬ, ਕੀ ਹੋਇਆ? ਮੈਟ ਕਿਉਂ ਝਾੜ ਰਹੇ ਕੱਪੜੇ? ਬਦਲਵਾਣੇ ਹੀ ਨਹੀਂ ਸੀ ਯਾਰ। ਖਾਨ ਸਾਹਿਬ, ਮੈਟ ਕਿਉਂ ਝਾੜ ਰਹੇ ਹੋ? ਤੁਸੀਂ ਬਦਲਵਾਣੇ ਹੀ ਨਹੀਂ ਸੀ ਕੱਪੜੇ ਖਾਨ ਸਾਹਿਬ। ਉਹ ਵਿੱਚ ਉਹ ਚੌਧਰੀ ਦੀ ਗੱਡੀ ਆ, ਇੱਦਾਂ ਦਾ ਹੀ ਮਾਲ ਹੁੰਦਾ ਇਹਦੇ 'ਚ। ਹੈਲੋ ਖਾਨ ਸਾਹਿਬ, ਉਹ ਫਿਰ ਮੇਰਾ ਸਾਫ ਆ ਬਾਮਾ, ਮੇਰਾ ਸਾਫ ਆ ਇਹ। ਹੈਲੋ ਖਾਨ ਸਾਹਿਬ, ਚੌਧਰੀ ਦੀ ਗੱਡੀ ਆ, ਇਹ ਤਾਂ ਬੱਸਾਂ ਤੋਂ ਵੀ ਬੁਰਾ ਹਾਲ ਹੁੰਦਾ ਅੱਗੇ ਮੈਂ ਸੀਟ ਤੇ ਬਹਿਣ ਲੱਗਾ, ਉਹਦੇ ਤੇ ਚੂਹਿਆਂ ਦੀ ਪੋਟੀ ਫਿਰਦੀ ਸੀ, ਮੈਂ ਉਹ ਸਾਫ ਕੀਤੀ। ਪਜਾਰਾ ਖਾਨ, ਪਜਾਰਾ ਖਾਨ, ਪਤਾ ਕੀ ਇਸ ਗੱਡੀ ਤੇ ਤੂੰ ਜਿੰਨਾ ਗੌਰ ਕਰੇਗਾ ਨਾ ਉਤਨਾ ਜ਼ਿਆਦਾ ਪਰੇਸ਼ਾਨ ਹੋਏਗਾ। ਇਹ ਗੱਡੀ ਏਦਾਂ ਹੀ ਚੱਲਦੀ ਆ ਚੌਧਰੀ, ਕੁਛ ਨੀ ਦੇਖ। ਦੋ ਤਿੰਨ ਕਿਲੇ ਛੱਡ ਲੈਣੇ ਸੀ, ਭੁੱਗਣ ਲੱਗ ਪਿਆ ਛੰਗਦਾ।
ਸਾਰੇ ਬਰਬਾਦ ਕਰ ਲਾ ਮੈਂ ਕਮਾਵਾ ਮੈਂ ਤੇ ਦੇਵਾਂ ਮਸਾਰੇ ਦੇ ਖਾਤੇ ਅਗਰ ਨਹੀਂ ਹੁੰਦੀ ਜਾਵਾਂਗਾ ਤੇ ਭਾਈ ਆਪਣਾ ਮੇਰਾ ਅਕਾਊਂਟ ਮੇਰੀ ਚੀਜ਼ ਅਗਰ ਕੋਈ ਨੌਕਰੀ ਲਵਾਉਂਦੇ ਹੋ ਤੁਸੀਂ ਉੱਥੇ ਨਹੀਂ ਤੇ ਮੈਂ ਤੁਹਾਡੇ ਕਹਿਣ ਤੇ ਜਾਣਾ ਹੀ ਨਹੀਂ ਮੈਂ ਇਸ ਕਰਕੇ ਜਾਣਾ ਵੀ ਮੈਂ ਉੱਥੇ ਕਰ ਨਹੀਂ ਸਕਦਾ ਨਹੀਂ ਜੀ ਰਸਤੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂਦਾਰ ਬਾਰਿਸ਼ ਸ਼ੁਰੂ ਹੋ ਗਈ ਹੈ ਤੁਸੀਂ ਇਹ ਵੇਖ ਲਓ ਵੀ ਅੱਗੇ ਸਕਰੀਨ ਸਾਫ਼ ਕੀਤਿਆਂ ਕੁਛ ਨਜ਼ਰ ਆਉਂਦਾ ਸੀ ਹੁਣ ਉਹ ਵੀ ਨਹੀਂ ਨਜ਼ਰ ਆਉਂਦਾ ਬਹੁਤ ਮੁਸ਼ਕਲਾਂਦਾਰ ਬਾਰਿਸ਼ ਹੈ ਅੱਲਾਹ ਤਾਲਾ ਖੈਰ ਕਰੇ ਵੈਸੇ ਹੈ ਤਾਂ ਮੌਨਸੂਨ ਦਾ ਆਖਰੀ ਸਪੈਲ ਚੱਲ ਰਿਹਾ ਲੇਕਿਨ ਬਹੁਤ ਜ਼ਬਰਦਸਤ ਕਿਸਮ ਦੀ ਬਾਰਿਸ਼ ਹੈ ਜਨਾਬ ਅੱਗੇ ਕੁਛ ਨਜ਼ਰ ਨਹੀਂ ਆ ਰਿਹਾ ਤਾਂ ਖਾਨ ਸਾਹਿਬ ਵੱਲ ਕਿਸੇ ਪਾਰਕਿੰਗ ਜਲਾ ਲੈ ਕੋਈ ਗੱਡੀ ਜੋ ਹੈ ਉੱਪਰ ਨਾ ਚਾੜ ਦੇ ਹਾਂ ਜਨਾਬ ਖਾਨ ਸਾਹਿਬ ਫੁੱਲ ਗੱਡੀ ਜਨਾਬ ਖਾਨ ਸਾਹਿਬ ਫੁੱਲ ਬਾਰਿਸ਼ 'ਚ ਉਡਾਈ ਜਾ ਰਹੇ ਨੇ ਅਤੇ ਐਵਰੇਜ ਵੀ ਬਹੁਤ ਅੱਛੀ ਲਈ ਜਾ ਰਹੇ ਨੇ ਅਤੇ ਮਾਸ਼ਾ ਅੱਲਾ ਗੱਡੀ ਜਾ ਰਹੀ ਹੈ ਹਾਂ 23 ਕਿਲੋਮੀਟਰ ਐਵਰੇਜ ਵੀ ਆ ਰਹੀ ਹੈ ਜੀ ਕੱਚੇ ਪੱਕੇ ਰਸਤਿਆਂ ਥਾਣੀ ਹੋ ਕੇ ਖਾਨ ਸਾਹਿਬ ਸਕਰੀਨ ਸਾਫ਼ ਕਰੋ ਤਾਂ ਨਜ਼ਰ ਕੋਈ ਸ਼ੈ ਨਹੀਂ ਆਉਂਦੀ ਆਪਣੀ ਗੱਡੀ ਜਿਹੜੀ ਨਾ ਇਹ ਬੜੀ ਅੱਗੇ ਲਿਬੜੀ ਵਧੀ ਹੈ ਪਾਣੀ ਨਾ ਮੁਕਾ ਦੀ ਯਾਰ ਆਪਣਾ ਜਨਾਬ ਮਰ ਗਏ ਠੋਕੇ ਜੀ ਇਹ ਦੋ ਥੁੱਕਾ ਸੁੱਟ ਦੇ ਆਪਣੀ ਵੀ ਪੀਲੀ ਪੀਲੀ ਹੋ ਗਈ ਜਨਾਬ ਇਹ ਭਾਈ ਵਿਕਾਸ ਸਾਹਿਬ ਦੇ ਜਨਾਬ ਫਾਰਮ ਤੇ ਗੱਡੀ ਪਹੁੰਚ ਰਹੀ ਹੈ ਸਾਹਮਣੇ ਅੱਜ ਤਾਂ ਪ੍ਰੋਟੋਕੋਲ ਬੜਾ ਬੜੀ ਦੁਨੀਆ ਇੱਥੇ ਆਈ ਖੜੀ ਹੈ ਤੇ ਬੜੇ ਨਿਜ਼ਾਮ ਕੋਈ ਹੋਰ ਹੋ ਗਏ ਤੇ ਬੜੇ ਬੇਲੀ ਸੱਦੀ ਖੜਾ ਯਾਰ ਇਹ ਤਾਂ ਬਹੁਤ ਵੱਡੀ ਪਾਰਟੀ ਆ ਕੋਈ 11 ਬੰਦੇ ਖੜੇ ਨੇ ਮੁਕਾਬਲੇਬਾਜ਼ੀ ਵੀ ਕੋਈ ਹੋ ਰਹੀ ਮੈਨੂੰ ਲੱਗਦਾ ਕੋਈ ਪ੍ਰੋਟੋਕੋਲ ਬਣੇਗਾ ਮਹਿਮਾਨ ਨਵਾਜ਼ ਆਪਣਾ ਦੂਆ ਗਾਜ਼ੀ ਦੇ ਟਾਇਰ ਨਵੇਂ ਆ ਦੋਨਾਂ ਟਰੈਕਟਰਾਂ ਨੂੰ ਪੈਂਥਰ ਪਾਵਰ ਦੇ ਟਾਇਰ ਪਏ ਹੋਏ ਆ ਤੇ ਲੱਗ ਪਤਾ ਜਾਏਗਾ ਸੱਠਾ ਜਿੱਤ ਤੱਕ ਅੱਗੇ ਲੈ ਚਲੋ ਖਾਨ ਸਾਹਿਬ ਵਿਕਾਸ ਟਰੈਕਟਰ ਹੋ ਗਿਆ ਸੀ ਠੀਕ ਅੰਦਰ ਦਾ ਜਨਾਬ ਅੰਦਰ ਦਾ ਮਾਹੌਲ ਤੁਹਾਨੂੰ ਦੱਸਿਆ ਸਲਾਮ ਅਲੈਕੁਮ ਸਰ ਕੀ ਹਾਲ ਹੈ ਜੀ ਠੀਕ ਹੋ ਅੱਲਾ ਦਾ ਸ਼ੁਕਰ ਜਨਾਬ ਇੱਥੇ ਅੱਜ ਦਾਵਤਨਾਮਾ ਹੈ ਜਨਾਬ ਇਹ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਇੱਥੇ ਮਾਹੌਲ ਸ਼ੋਲ ਬਣਾਇਆ ਜਾ ਰਿਹਾ ਅਤੇ ਭਾਈ ਹੋਣੀ ਜਨਾਬ ਜਿਹੜਾ ਕੱਟ ਵੱਢ ਕਰਕੇ ਅਤੇ ਕੋਈ ਸਿਸਟਮ ਲਵਾ ਰਿਹਾ ਇੱਧਰ ਭੈਣ ਕੀ ਹਾਲ ਨੇ ਠੀਕ ਹੋ ਸਰ ਜੀ ਫਿੱਟ ਹੋ ਲਓ ਜੀ ਹੁਣ ਤੁਹਾਨੂੰ ਟੋਚਨ ਹੋਣ ਲੱਗਾ ਜਨਾਬ ਮੁਕਾਬਲਾ ਦਿਖਾਉਂਦੇ ਹਾਂ ਇੱਕ ਬਿਹਤਰੀਨ ਕਿਸਮ ਦਾ ਹਾਂਜੀ ਵਿਕਾਸ ਮੀਆਂ ਕੀ ਪ੍ਰੋਗਰਾਮ ਹੈ ਕਿਹੜੀ ਕਿੱਥੇ ਜਗ੍ਹਾ ਕਿਹੜੀ ਜਗ੍ਹਾ ਤੇ ਆ ਇਹ ਤਾਂ ਖੱਡਾ ਫਿਰ ਫੌਰਨ ਕਰਾ ਹੈਗਾ ਫੌਰਨ ਪਾ ਕੇ ਬੰਦ ਕਰਨਾ ਪੈਣਾ ਮੈਨੂੰ ਮੇਰਾ ਕੈਮਰਾਮੈਨ ਕੌਣ ਹੋਏਗਾ ਇੱਕ ਮੋਬਾਈਲ 'ਤੇ ਉਹ ਭਾਈ ਬੈਠਣ 'ਤੇ ਇੱਧਰੋਂ ਬਹਿੰਦੇ ਆ ਮੇਰਾ ਮੋਬਾਈਲ ਤੋਂ ਅੱਟ ਗਿਆ ਨਹੀਂ ਇਹ ਟੋਚਨ ਛੋਟਾ ਕਰ ਲਓ ਭਾਈ ਟੋਚਨ ਛੋਟਾ ਕਰ ਲਓ ਯਾਰ ਇਹਨੂੰ ਚੌੜਾ ਕਰ ਲਓ ਉਹ ਮੈਸੀ ਦੀ ਲੱਗ ਜਾਂਦੀ ਹੈ ਮੈਸੀ ਦੀ ਲੱਗ ਜਾਂਦੀ ਹੈ ਠਹਿਰ ਜਾਓ ਜੀ ਇੱਕ ਮਿੰਟ ਠਹਿਰ ਜਾਓ ਸਿੱਧਾ ਭਾਈ ਯਾਰ ਸਿੱਧਾ ਕਰਾ ਲਓ ਠੀਕ ਆ ਟੋਚਨ ਛੋਟਾ ਕਰਾ ਲਾ
ਮੇਰਾ ਸਾਹਿਬ ਕੀ ਹਾਲ ਹੈ ਮੇਰੇ ਆਉਂਦੇ ਨੂੰ ਟੋਜਨ ਤਾਂ ਸਿੱਧਾ ਕੀਕਰ ਕਰ ਰੱਖਦੇ, ਉਹ ਗਾਈਆਂ ਲੱਗੀਆਂ, ਠਹਿਰ ਜਾਓ ਇੱਕ ਮਿੰਟ। ਟੋਚਨ ਬਹੁਤ ਵੱਡਾ ਆ ਜੀ, ਅਤੇ ਉੱਧਰਲੀ ਸਾਈਡ 'ਤੇ ਵੀਡੀਓ ਬਣਨੀ ਆ, ਜਾ ਕੇ ਉੱਧਰ ਬਣਾਉਂਦੇ ਹਾਂ। ਉੱਧਰਲੀ ਸਾਈਡ 'ਤੇ ਚੱਲ, ਉੱਧਰਲੀ ਸਾਈਡ ਯਾਰ, ਇੱਥੇ ਤਾਂ ਯੂਟਿਊਬਰ ਬਹੁਤ ਆ ਗਏ ਆ। ਜਗ੍ਹਾ ਬਦਲ ਲਓ, ਜਗ੍ਹਾ ਬਦਲ ਲਓ, ਉਹ ਜਗ੍ਹਾ ਬਦਲ ਲਓ। ਹੈਲੋ, ਚੋਰੀ ਪੂਰਾ ਦਾ ਇਹ ਯਾਰ ਬਣਾ, ਆ ਦੋਨਾਂ ਦੇ ਟਾਇਰ ਨਜ਼ਰ ਆਉਣ। ਚੋਰੀ ਮੋਬਾਈਲ ਕਿਹੜਾ ਚਲਾ ਲੈਂਦਾ ਤੁਹਾਡੇ ਚੋਂ ਯਾਰ? ਭਾਈ ਇਹ ਬਣਾਇਓ ਜ਼ਰਾ, ਪੂਰਾ 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 ਜਿਹਾ ਬਿਹਤਰੀਨ ਕਰਕੇ ਫਰੇਮ ਆ, ਵੀ ਮੈਂ ਉਧਰੋਂ ਬਦਲਦਾ।
ਤੋ ਕੈਮਰਾ ਬੰਦਿਆਂ ਕੋਲ ਸੀ, ਪਤਾ ਨਹੀਂ ਕੈਸੀ ਵੀਡੀਓ ਬਣੀ, ਹੁਣ ਤੁਹਾਨੂੰ ਫਾਰਮ ਵਿਜ਼ਿਟ ਕਰਾਉਣੇ ਆ ਭਾਈ ਵਿਕਾਸ ਦਾ। ਇੱਥੇ ਕੁੱਤੇ ਵੀ ਇਹਨਾਂ ਨੇ ਸ਼ਿਕਾਰੀ ਛੱਡੇ ਹੁੰਦੇ। ਅੱਛਾ ਮੀਆਂ, ਕੱਲ ਇੱਕ ਪਾਰਟੀ ਨੂੰ ਬੁਰੇ ਵਾਲੇ ਨੰਬਰ ਦਿੱਤਾ ਸੀ ਤੁਹਾਡਾ। ਬੰਦਿਆਂ ਦੇ ਰੌਲੇ ਕੋਲ ਚਵਾਈ ਦਾ ਟਾਈਮ ਚੱਲ ਰਿਹਾ ਜੀ, ਭਰਾ ਜੀ ਹੁਣੇ ਬਿਹਤਰੀਨ ਕਰਕੇ ਚਵਾਈ ਕਰ ਰਹੇ ਨੇ। ਸੱਤ ਮਾਲ ਟਾਈਮ ਹੋਇਆ ਹੈ ਕਹਦਾ ਤੇਲ ਦਿਖਾਓ, ਤੇਲ ਵੀ ਦਿਖਾਉਣੇ ਆ ਜਾਓ ਫਰੇ ਫਾਰਮ ਤੇ। ਦੱਸੋ ਕਿਹੜੀ ਗਾਂ ਤੁਸੀਂ ਕਹਿੰਦੇ ਨਵੀਂ ਆਈ ਹੈ? ਨਵੀਂ ਇੱਥੇ ਤਾਂ ਆਈ ਉਹ ਜਿਹੜੀ ਵੱਛੀ। ਹਾਂ ਵੱਛੀ, ਵੱਛੀ ਜਿਹੜੀ ਖੂਬਸੂਰਤ ਉਹ ਲਾਲ ਵੱਛੀ ਕਿੱਥੇ ਜਿਹੜੀ ਹੁਣ ਜੰਮੀ ਉਧਰ ਦੇਖੋ ਜੀ ਇਧਰੋਂ ਦੀ। ਸ਼ਮਾ ਸਾਹਿਬ ਮੈਂ ਤਾਂ ਆਪਦੀ ਹਿਸਟਰੀ 'ਚ ਜਿੱਦਣ ਵੱਛੀ ਜੰਮੀ ਸੀ ਨਾ, ਹੁਣ ਰੰਗ ਥੋੜ੍ਹਾ ਚੇਂਜ ਕਰ ਗਏ ਅਤੇ ਪਹਿਲੀ ਵਾਰੀ ਦੇਖਿਆ ਕਲਰ ਬਹੁਤ ਸੋਹਣਾ ਵਾਹ ਜਿਹੜੀ ਵੱਛੀ ਹੈ। ਚਲੋ ਜੀ ਚਲੋ ਜੀ ਵਿਕਾਸ, ਕੀ ਪ੍ਰੋਗਰਾਮ ਆ? ਪ੍ਰੋਗਰਾਮ ਤਾਂ ਵੜ ਗਿਆ ਭਾਈ ਸ਼ਰਮਾ ਸਾਹਿਬ ਯਾਰ, ਕੋਈ ਕੈਮਰਾ ਭਾਈ ਥੋੜਾ ਸਾਈਡ ਤੇ ਹੋ, ਸਾਡੇ ਪਿੱਛੇ ਬਣਾਉਣੀ ਆਓ ਜੀ ਆਪਣਾ ਭਾਈ ਦਾ ਕੀ ਨਾਂ ਜੀ? ਮੋਬਾਈਲ ਕੁਰਬਾਨ, ਭਾਈ ਕੁਰਬਾਨ, ਭਾਈ ਕੁਰਬਾਨ ਇਹ ਹੁਣ ਤੁਸੀਂ ਇਹ ਦੇਖੋ ਵੀ ਇਹ ਕਿੱਡੇ ਇਹ ਸਪੈਸੀਫਿਕੇਟਿਡ ਆਦਮੀ ਆ,
ਬੜੇ ਨਫੀਸ ਲੋਕ ਆ ਤੇ ਇਹਨਾਂ ਦੇ ਤਿੰਨਾਂ ਦਾ ਪ੍ਰੋਗਰਾਮ ਐਸਾ ਬੁਰੀ ਤਰ੍ਹਾਂ ਫਲੋਪ ਹੋਇਆ ਕਿ ਅੱਲਾ ਹੀ ਮਾਫੀ ਦੇਵੇ ਤੇਲ ਦੇ ਉੱਤੇ ਜਾਂ ਪਾਣੀ ਪੈਣਾ ਨਾ ਜੀ ਤੇ ਨਾਲ ਕੋਈ ਚੀਜ਼ ਲੱਗਣੀ ਹੈ ਮਿੱਟੀ ਲੱਗੇ ਪੱਤਾ ਲੱਗੇ ਉਹਨੇ ਫੌਰਨ ਪੌਦਾ ਕੱਢ ਲੈਣਾ ਭਾਈ ਇਹ ਜਿਹੜੀ ਹੈ ਨਾ ਇਹ ਮੈਨੂੰ ਥੋੜੀ ਜਿਹੀ ਇਹਨਾਂ ਦੀ ਗਲਤੀ ਲੱਗ ਰਹੀ ਹੈ ਵੀ ਇਹਨਾਂ ਨੇ ਇਕੱਠੇ ਕਰਕੇ ਰੱਖੇ ਹੋਏ ਸੀ ਆ ਜਿਹੜਾ ਫੰਗਸ ਲੱਗੀ ਹੈ ਨਾ ਬਾਰਿਸ਼ ਆ ਗਈ ਉਹ ਦੇਖ ਲਓ ਵੀ ਸਾਹਮਣੇ ਤੁਹਾਡੇ ਪਏ ਮੇਰੀ ਗੱਲ ਸੁਣੋ ਉੱਥੋਂ ਲਿਆਂਦੇ ਚਾਹ ਉਹ ਤੁਹਾਡੇ ਕੋ ਬਰਾਂਡੇ ਸੀ ਉਹਨਾਂ 'ਚ ਖਿਲਾਰੋ ਭਾਈਆਂ ਨੇ ਇੱਕ ਦਿਨ ਬਾਰਿਸ਼ 'ਚ ਪਏ ਰਹੇ ਫਿਰ ਇੱਥੇ ਲਿਆ ਕੇ ਰੱਖੇ ਬਾਰਿਸ਼ ਆ ਗਈ ਕੱਲ੍ਹ ਆ ਗਈ ਰੋਜ਼ਾਨਾ ਤਾਂ ਬਾਰਿਸ਼ ਆਉਣ ਦੀ ਕੀ ਬੜਾ ਮਾਮਲਾ ਮਸਲਾ ਖਰਾਬ ਹੋ ਗਿਆ ਹਾਲਾਤ ਦਿਨ ਬ ਦਿਨ ਕਿਸਾਨ ਦਾ ਪ੍ਰੋਗਰਾਮ ਉੱਧਰ ਵੀ ਵੜਿਆ ਪਿਆ ਉਹ ਸਾਰਾ ਇਹਨਾਂ ਦਾ ਹੀ ਇਹਨਾਂ ਦੇ ਵੜਿਆ ਪਿਆ ਜਿਹੜੇ ਸਾਡੇ ਅਸੀਂ ਇੱਕ ਚੱਕ ਲਿਆਏ ਨਾ ਪਹਿਲਾਂ ਗੈਰ ਕਰੇ ਜਿਹੜੇ ਵਢਾਈ ਵਾਲਿਆਂ ਦੇ ਪੈਸੇ ਉਹ ਨਹੀਂ ਪੂਰੇ ਹੋਣੇ ਠੇਕਾ ਟੂਕਾ ਦਾ ਦੂਰ ਦੀ ਗੱਲ ਭਾਈ ਆਹ ਦੇਖੋ 40,000 ਤਾਂ ਲੈ ਗਏ ਵੱਢਣ ਵਾਲੇ ਸਾਰੇ ਰਿਚ ਵੜ ਗਿਆ ਮੈਂ ਇੱਕਦਮ ਤੇਲ ਦਿਖਾਉਂਦਾ ਦਿਖਾਉਂਦਾ ਉਹ ਯਾਰ ਇਹ ਤਾਂ ਬੋ ਮਾਰ ਗਏ ਆ ਇਹ ਸਿੱਟ ਦਿਓ ਹੁਣ ਇਹਨਾਂ ਨੂੰ ਉੱਥੇ ਅੱਗ ਲਾ ਕੇ ਧੂਣੀ ਧੂਣੀ ਲਾ ਦਿਓ ਇਹਨਾਂ ਦੀ ਧੂਣੀ ਬਹੁਤ ਕੌੜੀ ਹੁੰਦੀ ਕਹਿੰਦੇ ਅੱਛਾ ਮੈਨੂੰ ਕਹਿੰਦੇ ਵੀ ਤੂੰ ਮਜ਼ਾਕ ਉਡਾਉਣਾ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਦੱਸੋ ਵੀ ਸਿੰਧੂ ਨੇ ਸਭ ਤੋਂ ਪਹਿਲੇ ਇਲਾਕੇ ਦੇ ਵਿੱਚ 3 ਕਿਲਿਆਂ ਦੇ ਉੱਤੇ ਮੁੱਲ ਚਿੱਟ ਕਰ ਦਿੱਤਾ ਰੂਟਰ ਮਾਰਿਆ ਸਿੰਧੂ ਸਾਹਿਬ ਗੱਲ ਇਹ ਹੈ ਵੀ ਤੁਸੀਂ ਰਹਿ ਚੰਗੇ ਗਏ ਤੁਸੀਂ ਉਹਦੇ ਉੱਤੇ 1 ਰੁਪਿਆ ਨਹੀਂ ਖਰਚ ਕੀਤਾ ਭਾਈ ਵਿਕਾਸ ਨੇ 47,000 ਰੁਪਿਆ ਖਰਚ ਕੀਤਾ ਤੇ ਆਹ ਦੇਖ ਲਓ ਯਾਰ ਮੇਰੇ ਵੀ ਖਰਚਾ ਹੋਇਆ ਸੀ ਭਾਈ ਤੁਹਾਡਾ ਬੀਜਣ ਦਾ ਖਰਚਾ 25,000 ਦਾ ਪਾਣੀ ਸੀ ਮੇਰਾ ਭਾਈ ਪਾਣੀ ਸੀ ਨਾ ਲੇਬਰਾਂ ਦਾ ਨਹੀਂ ਸਿਨਿਆ ਭਾਈ ਨੇ ਲੇਬਰ ਦੀ ਕਾਸਟ ਭਰੀ ਹੈ 47,000 ਉਹ ਲੇਬਰ ਜੋ ਕਿ ਹੋ ਜਾਣਾ ਭਾਈ ਵੜਾਉਣ ਦੇ ਦਿੱਤੇ ਲੇਬਰ ਜੋ ਕਿ ਹੈ ਅਜੇ ਇੱਕ ਦਵਾੜਾ ਮਾੜਾ ਉਹ ਲੇਬਰ ਵੜਿਆ ਲੇਬਰ ਨੂੰ ਕਹਿ ਵੀ ਤੇਲ ਲੈ ਜਾਓ ਇਹਨੂੰ ਸਾਫ਼ ਕਰ ਲਓ ਅੱਛਾ ਉਹਨ ਲੇਬਰ ਵਾਲਾ ਮੈਨੂੰ ਫੋਨ ਕਰੀ ਜਾਂਦਾ ਭਾਈ ਆਣ ਕੋਈ ਖਰਚਾ ਮਰਚਾ ਦਿਓ ਮੈਂ ਕਿਹਾ ਤੇਲ ਵੇਚਦੇ ਆ ਤੇ ਤੈਨੂੰ ਦਿੰਨੇ ਭਾਈ ਬਲ ਕਿਹਾ ਤੇਲ ਹੀ ਉਹਨੂੰ ਚਵਾ ਦੋ ਆਪੇ ਕੋਈ ਥੋੜਾ ਬਹੁਤ ਛੰਡ ਲੈ ਕੇ ਵਿੱਚੋਂ ਉਹਨੂੰ ਕਹਿੰਦੇ ਲੈ ਜਾ ਹੀ ਹੈ 25,000 ਉਹਦੀ ਬਣ ਗਈ ਬਾਅਦ ਵਾਲੇ ਦੀ ਕੱਢਣ ਵਾਲੇ ਉਹਨੂੰ ਕਹਿੰਦੇ ਲੈ ਉਹਨੇ ਕਿਹਾ ਲੈ ਜਾ ਕੋ ਮਾੜਾ ਮੋਟਾ ਛੰਡ ਲਾ ਜਿਹੜਾ ਨਿਕਲੇ ਹਲੋ ਸਾਡੇ ਆਹ ਕੰਮ ਕਰ ਮੈਂ ਉਹਨੂੰ ਕਿਹਾ ਮਸ਼ੀਨ ਵਾਲਾ ਹੁਣ ਰਸ਼ ਦੇ ਪਾਸੇ ਉਹ ਕਹਿੰਦਾ ਵੀ ਕਿੱਲਾ ਇੱਕ ਹੀ ਰਹਿੰਦਾ ਸੀ ਉਹ 'ਚ ਮੈਂ ਮਸ਼ੀਨ ਫੇਰੀ ਉਹਨੇ 2 ਗੇੜੇ ਬਾਹਰੋਂ ਬਾਹਰ ਲਾਏ ਤੇ ਮਸ਼ੀਨ ਵਾਲੇ ਨੂੰ ਮਸ਼ੀਨ ਵਾਲਾ ਮੈਨੂੰ 2 ਗੇੜੇ ਲਾ ਕਹਿੰਦਾ ਸ਼ੀਸ਼ੇ ਦਾ ਨਹੀਂ ਮੂੰਹ ਬੜ ਕਹਿੰਦਾ ਸਾਹ 'ਚ ਮੈਨੂੰ ਲੱਗਦਾ ਉਹਦੇ ਵਿੱਚ ਹੈ ਕੁਛ ਨਹੀਂ ਕਹਿੰਦਾ ਮੈਂ ਕਿਹਾ ਵੀ ਰੋਕ ਗੱਡੀ ਉਹਦੀ ਪੌੜੀ 'ਤੇ ਕਹਿੰਦਾ ਮੈਂ ਚੜ੍ਹ ਕੇ ਅਤੇ ਉਹਦੇ ਵਿੱਚ ਲਿਆ ਕੇ ਨਜ਼ਰ ਮਾਰੀ ਅਤੇ ਵਿੱਚ ਪਏ ਹੋਵੇ 2 ਕਿਲੋ ਮੂੰਗੀ ਯਾਨੀ ਇੱਦਾਂ ਘੁੰਮ ਕੇ ਸਿਰਫ ਵਿੱਚ ਇੱਦਾਂ ਇੰਨਾ ਦਾਣਾ ਖਿੱਲ ਰਿਹਾ ਸੀ ਅਤੇ ਮੈਂ ਨੱਚੀ ਉਹਨੂੰ ਕਿਹਾ ਮੈਂ ਕਿਹਾ ਉਸਤਾਦ ਜੀ ਆਉਣ ਤੈਨੂੰ ਸੱਦਿਆ ਉਹਦੀ ਮਾਫੀ ਚਾਹੁੰਦੇ ਹਾਂ ਤੁਸੀਂ ਮਸ਼ੀਨ ਲੈ ਜਾਓ ਉਹ ਹੁਣ ਖੜੋਤੀ ਕਹਿੰਦਾ ਟੋਕਾ ਕਿਤੇ ਹੈਗਾ ਮੈਂ ਟੋਕਾ ਕੋਈ ਨੀ ਰੂਟਰ ਮਾਰਨਾ ਚਾਹੀਦਾ ਹਾਂਜੀ ਸਾਹਿਬ ਦਾ ਵੈਰੀਫਾਈ ਉਹਨਾਂ ਦਾ ਵੀ ਲਾ ਲਓ ਹਾਂਜੀ ਸਾਹਿਬ ਆ ਰਿਹਾ ਜਿਨ੍ਹਾਂ ਦਾ ਟਰੈਕਟਰ ਸੀ ਗਾਲੀ ਹਾਂਜੀ ਇੱਕ ਵਾਰੀ ਕੱਟ ਲਓ ਦੇਖ ਲਈ ਲਾਲ ਚੰਗਾ ਇੱਥੇ ਨਾ ਚੋਰੀ ਨੰਬਰ ਚੀਮਾ ਸਾਹਿਬ ਨੇ ਉਹਨਾਂ ਦੇ ਪਿੰਡ 'ਚ 2-2.5 ਮਰਦੇ ਗਈ ਨਾ ਉਹਦੀ ਜਿਹੜੀ ਬੇਗਮ ਆ ਸਾਡੀ ਭੈਣ ਬਣੀ ਆ ਉਹ ਚੋਰੀ ਬੜੀ ਇੱਜ਼ਤ ਕਰਦਾ ਹਾਜੀ ਸਾਹਿਬ ਕੋਲ ਉਹਨਾਂ ਦੀ 5 ਕਿੱਲੇ ਜ਼ਮੀਨ ਸੀ ਇੱਕ ਸਾਲ ਰਹੀ ਅਗਲੇ ਸਾਲ ਉਹਨੇ ਛੁਡਾ ਲਈ ਹਾਜੀ ਸਾਹਿਬ ਮੇਰੀ ਦੁਕਾਨ 'ਤੇ ਰੋਜ਼ ਆਉਣ ਚੌਧਰੀ ਉਹਨਾਂ ਨਾਲ ਗੱਲ ਕਰ ਮੈਨੂੰ ਜ਼ਮੀਨ ਲੈ ਇੱਕ ਦਿਨ ਤਾਂ ਹਾਜੀ ਸਾਹਿਬ ਦੇ ਹਲਾਤ ਸੀ ਹਾਜੀ ਸਾਹਿਬ ਜਿਹੜਾ ਬੈਂਚ ਨਹੀਂ ਪਿਆ ਉਹ ਤਾਂ ਲੰਮੇ ਪੈ ਗਏ ਬੇਹੋਸ਼ ਹੋਣ ਨੂੰ ਕਰਨ ਅੱਲਾ ਦੀ ਕਸਮ ਹੈ ਉਹ ਮੂੰਹ 'ਤੇ ਆ ਇਸੇ ਤਰ੍ਹਾਂ ਹੀ ਕਵੇ ਮੈਨੂੰ ਜ਼ਮੀਨ ਲੈ ਦੇ ਮੈਂ ਮਰਦਾ ਮੈਂ ਕਿਹਾ ਯਾਰ ਬਾਜੀ ਜਿਹੜੀ ਉਹ ਕਹਿੰਦੀ ਵੀ ਜਿਹੜੇ ਪਹਿਲੇ ਠੇਕੇਦਾਰ ਜਿਹਨਾਂ ਕੋਲ ਮੇਰਾ ਬਾਹ ਨਾ ਉਹਨਾਂ ਨਾਲ ਸਾਡੀ ਗੱਲ ਹੋਈ ਆ ਨਾ ਹੋਈ ਤਾਂ ਤੁਹਾਨੂੰ ਦੇ ਦਾਂਗੇ ਨਹੀਂ ਜੀ ਮੈਂ ਭਾਈ ਚੋਰੀ ਨੂੰ ਉਹਨੂੰ ਫੋਨ ਕੀਤਾ ਮੈਂ ਕਿਹਾ ਚੋਰ ਸਾਹਿਬ ਕਦੀ ਤੁਹਾਨੂੰ ਫੋਨ ਨਹੀਂ ਕੀਤਾ ਕੰਮ ਆ ਜ਼ਮੀਨ ਉਹਨੇ ਕਹੇ ਪੈਰ ਭੈਣ ਦੇ ਨਹੀਂ ਫੋਨ ਕਰ ਦਿੰਦਾ ਸ਼ਾਮੀ ਜਾ ਕੇ ਤੁਸੀਂ ਗੱਲ ਕਰ ਲਓ ਸ਼ਾਮੀ ਆਏ ਜਨਾਬ 90,000 ਰੁਪਏ ਅਸੀਂ ਜ਼ਮੀਨ ਨੂੰ ਲੈ ਲਈ ਅੱਛਾ 92,000 ਹਾਜੀ ਸਾਹਿਬ ਨੂੰ ਉਹਨੇ ਬੀਜਿਆ ਉੱਥੇ ਅੱਲਾ ਖੈਰ ਕਰੇ ਪਹਿਲਾਂ ਤਾਂ ਕਪਾਹ ਬੀਜੀ ਆ 2-2.5 ਕਿੱਲੇ ਪਹਿਲਾਂ ਉਹ ਸਰੋਂ ਸੀ ਉਸ ਡਾਕਟਰ ਦੀ ਉਹਨਾਂ ਨੇ ਵੱਢ ਲਈ
ਉਹ ਕਹਿੰਦੇ ਟਾਈਮ ਤੇ ਵਿਹਲੀ ਕਰਨੀ ਪਹਿਲਾਂ ਉਹ ਰੌਲਾ ਚੱਲਦਾ ਰਿਹਾ, ਅੱਜ ਸਾਗਣ ਮੈਂ ਹਲ ਪਾ ਦੇਣੇ, ਅੱਜ ਕਰ ਦੇਣੇ ਆ, ਕਬਜ਼ੇ ਵਾਲਿਆਂ ਤਰ੍ਹਾਂ ਕਰਦੇ ਸੀ, ਹਲ ਐਸੇ ਪਾਏ ਕਪਾਹ ਬੀਜੀ, ਉਹ ਕਪਾਹ ਵੀ ਗੁਰਦਾਸਪੁਰ ਮਨ ਝੜੀ ਆ, ਫਿਰ ਐਰੀਫੈਨ ਬੀਜ ਲਿਆ ਇੱਕ ਕਿੱਲਾ, ਉਹ ਹੁਣ 25 ਮਣ ਅੱਲਾ ਖੈਰ ਕਰੇ ਤਕਰੀਬਨ ਟਰਾਲੀ ਇੱਕ ਭਰੀਜੀ ਆ, ਪਹਿਲਾਂ ਮਹੀਨਾ ਮਸ਼ੀਨ ਵਾਲੇ ਮਗਰ ਫਿਰੇ ਆ, ਜਦੋਂ ਮਸ਼ੀਨ ਲੱਭੀ ਸਾਨੂੰ 15,000 ਮਸ਼ੀਨ ਵਾਲਾ ਲੈ ਗਿਆ, ਅਤੇ ਐਰੀਫੈਨ ਆਇਸਾ ਵੱਢ ਕੇ ਬੂਹੇ ਅੱਗੇ ਲਿਆਏ ਅਤੇ ਬਾਰਿਸ਼ ਤੂਫਾਨੀ ਆ ਗਈ, ਟਰਾਲੀ ਦੇ ਵਿੱਚ ਬਾਰਿਸ਼ ਪੈ ਗਈ, ਹੁਣ ਉੱਥੇ ਆਇਸਾ ਮੈਨੂੰ ਕਹਿੰਦੇ ਬਰਾਂਡੇ ਦੇ ਵਿੱਚ ਉੱਥੇ ਰੱਖਣੇ, ਮੈਂ ਕਿਹਾ ਆਇਸਾ ਸਾਡੇ ਤੇਲ ਅਸੀਂ ਰੱਖਣੇ, ਨਾਲੇ ਸਾਡੇ ਤਾਂ ਮਹਿਮਾਨ ਆ ਰਹੇ, ਅੱਛਾ ਸਾਰੀ ਰਾਤ ਬਾਰਿਸ਼ ਵਸੀ, ਹੁਣ ਹਾਜੀ ਸਾਹਿਬ ਸਾਡੇ ਕੋਲ ਆਉਂਦੇ ਜਦੋਂ ਚਾਹ ਅੱਗੇ ਹੁੰਦੀ ਆ, ਉੱਧਰ ਬਾਰਿਸ਼ ਆ ਜਾਂਦੀ, ਆਇਸਾ ਭੱਜ ਪੈਂਦੇ ਉਹ ਐਰੀਫੈਨ ਦੇ ਉੱਤੇ ਪਾ ਰਹੇ ਛਾਪ, ਹਾਜੀ ਸਾਹਿਬ ਦਾ ਇੱਕ ਕਜ਼ਨ ਹੈਗਾ, ਉਹ ਹੈਗਾ ਵਪਾਰੀ ਸਦਾਮ ਜੱਟ, ਉਹਨੇ ਕਿਹਾ ਆਈ ਸਾਹਿਬ ਤੁਸੀਂ ਐਵੇਂ ਟਰਾਲੀ 'ਚੋਂ ਲਾਉਣ ਨੇ ਖੱਪਣ ਨੇ 1,000 ਰੁਪਈਆ ਮੈਨੂੰ ਦਿਓ, ਮੰਡੀ ਉਹਨੇ ਪੁੱਛਿਆ, ਉਹਨੇ ਕਿਹਾ 1,000 ਰੁਪਈਏ ਮਨ ਦਾ ਹੋ ਗਿਆ, ਅੱਜ ਕਹਿੰਦਾ ਵੀ 15,000 ਤਾਂ ਲੈ ਗਿਆ ਮਸ਼ੀਨ ਵਾਲਾ, 12,000 ਮੈਂ ਲਵਾਈ ਦਿੱਤੀ ਅਤੇ ਇਹ ਤਾਂ 27,000 ਦਾ ਹੋਇਆ, 27,000 ਹੁਣ ਹਾਜੀ ਸਾਹਿਬ ਹੁਣ ਫਿਰ ਲੇਟਦੇ ਆ ਵੀ ਮੇਰੀ ਜਾਨ ਛੁਡਾ ਦਿਓ, ਜਾਨ ਛੁਡਾ ਦਿਓ, 70,000 ਉਹ 1,000 ਸਹੀ ਰੇਟ ਲਾ ਦਿੱਤਾ ਸੀ, 70,000 ਉਹਨੂੰ ਰਹਿੰਦਾ ਬਕਾਇਆ ਉਹਨਾਂ ਦਾ ਦੇਣ, ਅੱਜ ਸਾਹਿਬ ਕਹਿੰਦੇ ਯਾਰ ਉਹਨੂੰ ਤਾਂ ਮਾਫ਼ ਕਰ ਦਿਓ ਮੈਨੂੰ, ਬਚਤ ਹੋਣੀ ਹੈ ਛੱਡਦੇ ਪਏ ਆਉਣ ਲੱਗਾ ਮਰਨ ਦਾ, ਇਹ ਜਨਾਬ ਇਹਦੀ ਮਾਰੋ ਹੈ ਜਨਾਬ, ਸ਼ਾਦੀ ਵਿਆਹ ਦਰੀਗਤ ਤਕਰੀਬਾਤ ਕੇ ਲਈ ਐਹਸਾਨ ਬਾਰਬੀ ਕਿਊ ਗਾਣੋ ਕਾ ਤਬਨ ਹਾਸਲ ਕਰੇ, ਇਹ ਜਨਾਬ ਸਾਡੇ ਕੋਲ ਅੱਜ ਲਾ ਰਹੇ ਆ ਇੱਥੇ ਵਿਕਾਸ ਸਾਹਿਬ ਦੇ ਇੱਥੇ ਕੰਟਰੋਲ ਸ਼ੈੱਡ 'ਤੇ, ਇੱਥੇ ਮੁਰਗੀ ਦਾ ਟਿੱਕਾ ਔਰ ਕਬਾਬ ਜਿਹੜਾ ਹੈ ਉਹ ਭਾਈ ਲਾਉਣਗੇ, ਲਾਈਵ ਪ੍ਰੋਗਰਾਮ ਹੋ ਗਿਆ, ਇਨਸ਼ਾਅੱਲਾ ਤੁਹਾਨੂੰ ਦਿਖਾਉਣੇ ਅੰਦਰ ਚੱਲ ਕੇ ਆ ਜਾਓ ਜੀ, ਯਾਰ ਮੈਂ ਅੱਗੇ ਬਹੁਤ ਆਪਣਾ ਮੇਰਾ ਹੀ ਮੇਰਾ ਲੈ ਹੋਇਆ, ਆ ਜਾਓ ਤੈਨੂੰ ਹੁਣ ਅੰਦਰ ਭਾਈ ਜਹਾਜ਼ ਆ ਗਏ ਨੇ, ਅਤੇ ਇੱਧਰ ਤੈਨੂੰ ਹੁਣ ਪ੍ਰੋਗਰਾਮ ਦੂਸਰਾ ਦਿਖਾਉਂਦੇ ਹਾਂ ਵੀ ਇਨਸ਼ਾਅੱਲਾ ਤਾਲਾ ਕੋਲੇ ਜਨਾਬ ਲੱਗਣੇ ਸ਼ੁਰੂ ਹੋ ਗਏ ਨੇ, ਲਾਲ ਹੋਣੇ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਬੜਾ ਤਾਰਾ ਟਿਕਟੋਕਾਂ ਦਾ ਕੁਛ ਸ਼ੁਦਾ ਹੀ ਹੈ ਟਿਕਟੋਕਾਂ ਦਾ, ਬੰਦਾ ਮੇਰਾ ਕੈਮਰਾਮੈਨ ਪਹਿਲੇ ਲੱਭ ਲੈਂਦੇ।